ਸਾਈਜ਼ ਦੱਸ ਦੋ ਕੀ ਹੋਊਗਾ ਇਹਦਾ ਸਾਈਜ਼ ਹੈਗਾ ਜੀ 9-3 9-3 ਹਾਂਜੀ 9 ਇੰਚ ਦੀ ਲੰਬਾਈ ਆ ਅੱਛਾ ਜੀ 3 ਇੰਚ ਮੋਟੀ ਆ ਤੇ 4 ਇੰਚ ਦੇ ਜੀ ਏਰੀਆ ਹੈਗੀ ਆ ਚੜਾਈ ਠੀਕ ਹੈ ਜੀ ਅੱਛਾ ਭਾਈ ਇਹ ਕਿੱਥੇ ਜਾ ਰਹੀ ਹੈ ਇੱਟ ਇਹ ਅੰਮ੍ਰਿਤਸਰ ਜਾ ਰਹੀ ਹੈ ਅੰਮ੍ਰਿਤਸਰਠੀਕ ਹੈ ਜੀ ਕਿੰਨੇ ਨੰਬਰ ਇੱਟ ਹੈ ਇਹ 1 ਨੰਬਰ ਇੱਕ ਨੰਬਰ ਕਿੰਨੀ ਜਾਊਗੀ ਟੋਟਲ ਵਿੱਚ ਗੱਡੀ 'ਚ 25,000 ਪਾ ਕੇ ਲੱਗਦੇ ਬਈ 25,000 ਇੱਟ ਜਾ ਰਹੀ ਹੈ ਮਤਲਬ ਅੰਮ੍ਰਿਤਸਰ ਦੇਖ ਲਓ ਫਿਰੋਜ਼ਪੁਰ ਤੋਂ ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ ਨਿਊ ਵਲੋਗ ਅੱਜ ਦਾ ਵਲੋਗ ਹੋਣ ਵਾਲਾ ਬਹੁਤ ਹੀ ਖਾਸ ਅਤੇ ਸਸਤੀਆਂ ਇੱਟਾਂ ਵਾਲੇ ਭੱਠੇ 'ਤੇ ਲੈ ਕੇ ਆਏ ਹਾਂ ਤੁਹਾਨੂੰ ਦਿਖਾਵਾਂਗੇ ਕਰਾਂਗੇ ਬੰਜਾਂ ਨਾਲ ਗੱਲਬਾਤ ਉਹ ਦੇਖ ਲਓ ਪਿੱਛੇ ਭੱਠਾ ਦੇਖ ਰਹੇ ਹੋ ਤੁਸੀਂ ਸਸਤੀਆਂ ਇੱਟਾਂ ਮਿਲਦੀਆਂ ਇੱਥੇ ਪੂਰੀਆਂ ਬਿਲਕੁਲ ਸਹੀ ਭਾਅ 'ਤੇ ਅਤੇ ਪੂਰੀਆਂ ਪੱਕੀਆਂ ਕੋਲ ਨਾਲ ਤਿਆਰ ਕੀਤੀਆਂ ਹੋਈਆਂ ਇੱਟਾਂ ਮਿਲਣਗੀਆਂ ਆ ਦੇਖੋ ਐਂ ਕੋਲਾ ਪੂਰਾ ਯੂਜ਼ ਕਰਦੇ ਆ ਇੱਟਾਂ 'ਚ ਪੂਰੀ ਇੱਟ ਖੜਕਦੀ ਆ ਤਰਪਾਉਣ 'ਤੇ ਐਂ ਯੂਜ਼ ਕਰਦੇ ਆ ਕੋਲਾ ਪੱਕੀ ਇੱਟ ਬਣਾਉਂਦੇ ਆ ਪੂਰੀ ਲਾਈ ਹੋਈ ਆ ਮਸ਼ੀਨ 'ਚ ਭੋਰ ਕੇ ਚੂਰ ਪੂਰ ਜੀ ਬਣਾ ਕੇ ਇੱਟਾਂ 'ਚ ਯੂਜ਼ ਕਰਦੇ ਸਾਹਮਣੇ ਭੱਠਾ ਅਤੇ ਕਾਫੀ ਜ਼ਿਆਦਾ ਇੱਟਾਂ ਨੇ ਬਹੁਤ ਵੱਡਾ ਭੱਠਾ ਵਾ ਜਦੋਂ ਮਰਜ਼ੀ ਔਡਰ ਕਰੋ ਇੱਟ ਤਿਆਰ ਮਿਲੂਗੀ ਤੁਹਾਨੂੰ ਦੂਰ ਦੂਰ ਇੱਟਾਂ ਲੈ ਕੇ ਜਾਂਦੇ ਆ ਇੱਥੋਂ ਬਾਕੀ ਕਰਾਂਗੇ ਬਾਈ ਨਾਲ ਗੱਲਬਾਤ ਅਤੇ ਇੱਟਾਂ ਦਾ ਰੇਟ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਰਾਏ ਲੁਧਿਆਣਾ ਬਲੌਗ ਦੇ ਨਾਂ 'ਤੇ ਆਪਣਾ ਯੂਟਿਊਬ ਚੈਨਲ ਹੈ ਅਤੇ ਰਾਏ ਲੁਧਿਆਣਾ ਬਲੌਗ ਦੇ ਨਾਂ 'ਤੇ ਫੇਸਬੁੱਕ ਪੇਜ ਆ ਪੇਜ ਨੂੰ ਕਰ ਲਿਓ ਫੋਲੋ ਜੀ ਭਰਾ ਨੂੰ ਕਰਿਓ ਵੱਧ ਤੋਂ ਵੱਧ ਸਪੋਰਟ ਅਤੇ ਇੱਦਾਂ ਹੀ ਤੁਹਾਡੇ ਵਾਸਤੇ ਫਾਇਦੇ ਵਾਲੀਆਂ ਵੀਡੀਓ ਲਿਆਉਂਦੇ ਰਹਾਂਗੇ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰਾ ਭਰਾ ਦੱਬ ਕੇ ਪੂਰੀ ਘੈਂਟ ਗੱਲਬਾਤ ਆ ਕਿਉਂਕਿ ਘਰ ਤਾਂ ਹਰ ਕਿਸੇ ਨੇ ਬਣਾਉਣਾ ਅਤੇ ਘਰ ਬਣਾਉਣ ਲਈ ਇੱਟਾਂ ਦੀ ਲੋੜ ਹੁੰਦੀ ਆ ਅਤੇ ਜੇ ਸਸਤੀਆਂ ਇੱਟਾਂ ਮਿਲਣ ਫਿਰ ਤਾਂ ਸੋਨੇ ਅਤੇ ਸਸਤੇ ਵਾਲਾ ਕੰਮ ਹੀ ਹੋ ਜਾਂਦਾ ਅਤੇ ਇੱਟ ਵੀ ਪੂਰੀ ਪੱਕੀ ਹੋਊਗੀ ਅਤੇ ਸਾਈਜ਼ ਦੱਸ ਦਿਓ ਕੀ ਹੋਊਗਾ 9-3 ਹਾਂਜੀ 9 ਇੰਚ ਦੀ ਲੰਬਾਈ ਆ ਅੱਛਾ ਜੀ 3 ਇੰਚ ਮੋਟੀ ਆ ਅਤੇ 4 ਇੰਚ ਦੇ ਜੀ ਏਰੀਆ ਹੈਗੀ ਆ ਚੜਾਈ ਠੀਕ ਹੈ ਜੀ ਅਤੇ ਇੱਟ ਇਹ ਕਿੰਨੇ ਨੰਬਰ ਆਪਣੀ ਇਹ 1.25 ਨੰਬਰ ਇੱਟ ਹੈ 1.25 ਨੰਬਰ ਠੀਕ ਹੈ ਲੋ ਜੀ ਇੱਟ ਦੇਖ ਲਓ ਪੂਰੀ 1.25 ਨੰਬਰ ਵਧੀਆ ਅਤੇ ਰੇਟ ਕੀ ਚੱਲ ਰਿਹਾ ਜੀ ਇਸ ਟਾਈਮ ਇਹਦਾ ਲੋਕਲ ਰੇਟ ਆਪਣਾ ਚੱਲਦਾ ਪਿਆ ਜੀ 5,000 5,100 ਦੇ ਦੂਰੀ ਦੇ ਹਿਸਾਬ ਨਾਲ ਕਿ ਜੇ ਕੋਈ ਲੋਕਲ ਆਪਣੇ 5,000 ਨੂੰ ਪਹੁੰਚਿਆ ਇਹਦੀ ਠੀਕ ਹੈ ਜੀ ਲਓ ਜੀ ਆਹ ਆ ਗਈ ਨੀਆਂ 'ਚ ਭਰਨ ਵਾਲੀ ਇੱਟ ਅਤੇ ਪੂਰੀ ਪੱਕੀ ਹੁੰਦੀ ਹੈ ਦੇਖ ਲਓ ਅਤੇ ਸਾਈਜ਼ ਇਹਦਾ ਸੇਮ ਹੀ ਹੈ ਸਾਈਜ਼ ਸੇਮ ਹੀ ਇਹ ਥੋੜ੍ਹਾ ਸ਼ਿੰਕ ਵੀ ਹੋ ਜਾਂਦਾ ਸਾਈਜ਼ ਕਿਉਂਕਿ ਪਕਾਈ ਜ਼ਿਆਦਾ ਹੁੰਦੀ ਨਾ ਕਿ ਉਹਦੇ ਨਾਲ ਸਾਈਜ਼ ਛੋਟਾ ਵੀ ਹੋ ਜਾਂਦਾ ਅੱਛਾ ਜੀ ਲਓ ਜੀ ਇਹ ਵੀ ਸਾਫ਼ ਆ ਪੂਰੀ ਇੱਟ ਅਤੇ ਲੱਗਦੀ ਦੇਖਣ ਨੂੰ ਵਧੀਆ ਭਾਅ ਜੀ ਇਹ ਕਿਹੜੀ ਇੱਟ ਆ ਇਹ ਇੱਟ ਆ ਜੀ ਚਾਪਾ ਕਹਿ ਦਿੰਦੇ ਆ ਜੀ ਇਹਨੂੰ ਹੈ ਤਾਂ ਪੂਰੀ ਇਹ ਵੀ ਮਤਲਬ ਪੱਕੀ ਵਧੀਆ ਵਾ ਪੱਕੀ ਵਧੀਆ ਅਤੇ ਪੂਰੀ ਸਫਾਈ ਆ ਇੱਟ ਦੀ ਠੀਕ ਹੈ ਜੀ ਇਹਨੂੰ 1.5 ਕਹਿੰਦੇ 2 ਕਹਿ ਦਿੰਦੇ ਨੇ ਅੱਛਾ ਜੀ ਉਹ ਜਿਹੜੀ ਸਸਤੀ ਦਿਖਾਈ ਆ ਉਹਨੂੰ ਜਿੱਦਾਂ ਜੇ ਜੋ ਮਨ ਕਰਦਾ ਬੰਦਾ ਕਹਿ ਹਾਂਜੀ ਹਾਂਜੀ ਇਹ ਹੈਗੀ ਆਪਣੀ 1.25 ਨੰਬਰ ਅਤੇ ਇੱਧਰ ਜਿਹੜੀ ਆਹ 1 ਨੰਬਰ ਹਾਂਜੀ ਆਹ ਹੈਗੀ 1 ਨੰਬਰ ਮਾਰ ਲਓ ਨਿਗਾ ਦੇਖ ਲਓ ਇੱਟ ਪੂਰੀ ਵਧੀਆ 1 ਨੰਬਰ ਇੱਟ ਆ ਪੂਰੀ ਖੜਕਦੀ ਆ ਮਤਲਬ ਇੱਟ ਪੂਰੀ 1 ਨੰਬਰ ਹਾਂਜੀ ਪੂਰੀ 1 ਨੰਬਰ ਹੈ ਠੀਕ ਹੈ ਪੂਰੀ ਪੱਕੀ ਹੋਊਗੀ ਮਤਲਬ ਕੋਈ ਮਿਕਸ ਹੈ ਜੀ ਇਕੱਲੀ ਕੋਲੇ ਦੀ ਪੱਕੀ ਹੋਈ ਇੱਟ ਹੈ ਠੀਕ ਹੈ ਕੋਲੇ ਦਾ ਯੂਜ਼ ਹੋਇਆ ਪੂਰਾ ਹਾਂਜੀ ਪ੍ਰੋਪਰ ਕੋਲੇ ਠੀਕ ਹੈ ਲਓ ਜੀ ਇੱਟ ਦੇਖ ਲਓ ਖੜਕਦਾ ਆਵਾਜ਼ ਪੂਰੀ ਪੂਰੀ ਵਧੀਆ ਇੱਟ ਹੈ ਨਾ
पक्की इट मिलू पूरी कोला यूज किया हुआ पूरा जी एम के नाते पट्ठा जी ये लखोवाल लखो के बहराम च पैंदा ये पट्ठा जी एम के नाते फिरोजपुर रोड के उत्ते देख लो इटा ही इटा पूरा फुल साइज होगा इट वधिया मतलब पैसे वसूल वाला काम है इत्थे काफ़ी फायदा होजू जिहड़ा भी इट लैके जाऊगा किराया भावें पै जूगा पर इट वधिया मिलेगी पूरी एक नंबर। अच्छा जी ते आ इट भाजी ये एक नंबर चो आपां शांति जिहड़ी करके भेजी है जी गाहकां नूं ये उहदा चट्ठा है जे जिन्नी अपनी इट कि वधिया क्वालिटी दे नाल नाल देनी इट आपां ठीक है वधिया क्वालिटी मतलब ऐ पूरी पक्की है भी वधिया लो ये भी पक्की इट्टा तो शांटी वाली इट्टा एक नंबर भी हो सकती है सवा नंबर भी वधिया इट्टा पूरी जिवें किसी ने घर नवा घर घर पाउणा देख लो जी इट पूरी वधिया इधर पई है शांटी वाली इट पूरी हाँ है पट्ठा काफ़ी बड़ा पट्ठा वा तो काफ़ी इटा पाइया इतने लखा के हिसाब से इट होगी जो मर्जी ऑर्डर करके तुम इट चक सकते हो। अच्छा भाई ये कितने जा रही इट अमृतसर ठीक है जी किन्ने नंबर इट है एक नंबर किन्नी जाऊगी टोटल भाई 25,000 इट जा रही है मतलब अमृतसर देख लो फिरोजपुर तो पूरा पट्ठा भरया हुआ इटा नाल बहुत ज़्यादा इटा डेली ऑर्डर आते होना है ना भाई अपनी लोकल है जी कोई आप बाहर घट लोकल ज्यादा बेच अच्छा लोकल पंजाब जी भेजते हो ज़्यादा ठीक है वधिया गल लो जी आ देख लो घोड़ा पूरा फुल कर रहे हैं एक नंबर इट नाल ते जानी अंबरसर भाई मेन रोड ते पट्ठा है फिरोजपुर तो फाजिलका नूं रोड जांदा है ते मेन रोड दे उत्ते ही आ पट्ठा इट्टां सस्ते रेट च मिल जाणगियां लुधियाणे च तां बहुत रेट आ यार बाकी देख लो तुसीं व्यू देख लो पट्ठा बहुत तगड़ा पट्ठा वा लखां दे हिसाब नाल इट पई आ पट्ठे ते पूरा वधिया इट पक्की होऊगी दूर दूर इटा जा ट्राला जो खड़ा वा घोड़ा 25,000 इट अंबरसर जा रही है देख लो तुम अमृतसर भी बड़ी दूरों दूर लोग आते इट लैन भावें किराया भी पै जाए तभी सस्ती पै जी है मतलब अपने उधरली साइड तो इट का रेट ही बहुत ज़्यादा जिन्हें नवे घर घर पाने इट उट चाहिए आ वधिया तो इतों लैके जाओ बहुत सही भाते भाई इट देंगे पूरा साइज भी पूरा होगा वेट भी पूरा होगा इट का लो जी आ हैगी इधर इट बनती पट्ठे से पूरा वधिया काम आ बइया दा पूरा ओरिजिनल माल मिलेगा इदा कच्ची इट भरते हैं कच्ची इट भर के इधर कच्ची भरते आते इधरों कच्ची मतलब भर के इधर दी अग कटते हैं ठीक है इधरों पक्की करके इधर कटी जाते इतना कटते इट देख लो डेली ट्रालियां भर के जाए इटा दियाँ मतलब पूरा पट्ठा वधिया चलता बाइया ने पट्ठे ते सोलर भी लाया हुआ देखो सोलर सिस्टम भी लाया हुआ वा चलो ठीक है मेरे भाजी ठीक है ते
ਮਿਲਦੇ ਆ ਫਿਰ ਮਿਲਦੇ ਜਲਦੀ ਤੁਹਾਡੇ ਨਾਲ ਹਾਂ ਜਲਦੀ ਮਿਲਾਂਗੇ ਕੰਟੈਕਟ ਕਰਾਂਗੇ ਹਾਂਜੀ ਤੇ ਬਾਕੀ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਓ ਵਿੱਚ ਆਪਣਾ ਇਹ ਫੋਨ ਨੰਬਰ ਹੈਗਾ 96468 90506 ਠੀਕ ਹੈ ਜੀ ਇੱਕ ਹੈਗਾ 96548 1111 ਜੀ ਠੀਕ ਹੈ ਜੀ ਠੀਕ ਹੈ ਜੀ ਫਿਰ ਠੀਕ ਹੈ ਓਕੇ ਥੈਂਕ ਯੂ ਲਓ ਜੀ ਇਹ ਹੈਗਾ ਸੀ ਪੱਠਾ ਜਿਹੜਾ ਤੁਹਾਨੂੰ ਦਿਖਾਇਆ ਸੀ ਫਿਰੋਜ਼ਪੁਰ ਰੋਡ 'ਤੇ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਜਿਹਨੂੰ ਲੋੜ ਆ ਕੰਟੈਕਟ ਕਰ ਲਿਓ ਭਾਅ ਜੀ ਨਾਲ ਇੱਟ ਬਿਲਕੁਲ ਵਧੀਆ ਅਤੇ ਸਹੀ ਭਾਅ 'ਤੇ ਮਿਲ ਜੂਗੀ ਤੁਹਾਨੂੰ